ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ 80 ਸਕੇਅਰ ਯਾਰਡ ਦੀ ਡੇਢ ਮੰਜ਼ਲ ਬਣੀ ਹੋਈ ਕੋਠੀ ਲੈ ਕੇ ਆਏ ਹਗੇ ਆ ਇਸ ਦੀ ਲੋਕੇਸ਼ਨ ਹਰ ਗੋਬਿੰਦ ਇਨਕਲੇਵ ਛਾਟਾ ਹੈਗੀ ਜੇ ਕਾਫੀ ਅੱਛੀ ਕਲੋਨੀ ਦੇ ਅੰਦਰ ਇਹ ਘਰ ਲੋਕੇਟਿਡ ਹੈਗਾ ਜੇ ਹਰੇਕ ਤਰ੍ਹਾਂ ਦੀ ਫੈਸਿਲਿਟੀ ਇਸ ਕਲੋਨੀ ਦੇ ਅੰਦਰ ਹੈਗੀ ਸਰਕਾਰੀ ਪਾਣੀ ਸੀਵਰੇਜ ਸਟਰੀਟ ਲਾਈਟ ਪੱਕੀਆਂ ਸੜਕਾਂ ਸਾਰੀ ਫੈਸਿਲਿਟੀ ਹੈਗੀ ਜੇ 80 ਗਜ ਦਾ ਇਹ ਘਰ ਕਾਫੀ ਅੱਛੇ ਰੇਟਾਂ ਦੇ ਅੱਜ ਦੀ ਅਸੀਂ ਆਫਰ ਤੁਹਾਡੇ ਲਈ ਲੈ ਕੇ ਆਏ ਹਗੇ ਆ ਤੁਸੀਂ ਅਗਰ ਚਾਹੋ ਤੇ ਇਹਤੇ ਬੜਾ इजीली ਆਪ ਜੀ ਨੂੰ ਬੈਂਕ ਦਾ ਲੋਨ ਵੀ ਮਿਲ ਜਾਏਗਾ ਇਹਦੇ ਸਾਰੇ ਡਾਕੂਮੈਂਟ ਕਲੀਅਰ ਆ ਗਏ ਨੇ ਬਹੁਤ ਹੀ ਅੱਛੇ ਮਟੀਰੀਅਲ ਦੇ ਨਾਲ ਆ ਪੂਰਾ ਘਰ ਤਿਆਰ ਕੀਤਾ ਗਿਆ ਹੈਗਾ ਜੀ ਬਹੁਤ ਹੀ ਅੱਛੀ ਆਪਸ਼ਨਾਂ ਆ ਜੀ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਅਗਰ ਆਪ ਜੀ ਇਸ ਘਰ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਸਕਰੀਨ ਦੇ ਦਿੱਤੇ ਗਏ ਨੇ ਜਲਦੀ ਤੋਂ ਜਲਦੀ ਸਾਡੇ ਨਾਲ ਕੰਟੈਕਟ ਕਰੋ ਆਓ ਆਪ ਜੀ ਨੂੰ ਘਰ ਦਾ ਫਰੰਟ ਐਲੀਵੇਸ਼ਨ ਚੈੱਕ ਕਰਵਾਨੇ ਆ ਘਰ ਦਾ ਫਰੰਟ 15 ਫੁੱਟ ਹੈ ਇਹਦੀ ਲੰਬਾਈ 48 ਫੁੱਟ ਹੈ ਜੀ ਬਾਹਰ ਤੋਂ ਹੀ ਦੇਖੋ ਟਾਈਲ ਵਰਕ ਕੀਤਾ ਗਿਆ ਹੈਗਾ ਜੀ ਪੱਕੀਆਂ ਸੜਕਾਂ ਹੈਗੀਆਂ ਨੇ ਬਾਹਰ ਐਂਟਰੈਂਸ ਤੇ ਅਰਚੀ ਐਂਟਰ ਕਰਦੇ ਤੋ ਇਹ ਸਭ ਤੋਂ ਪਹਿਲਾਂ ਦੇਖੋ ਇਹ ਪਾਰਕਿੰਗ ਦੀ ਸਪੇਸ ਦਿੱਤੀ ਗਈ ਹੈ ਇੱਥੋਂ ਹੀ ਸੀੜੀਆਂ ਉੱਪਰ ਫਰਸਟ ਫਲੋਰ ਲਈ ਜਾ ਰਹੀਆਂ ਹੈਗੀਆਂ ਨੇ ਤੁਸੀਂ ਚਾਹੋ ਤੇ ਇਸ ਸਪੇਸ ਨੂੰ ਤੁਸੀਂ ਆਪਣੀ ਬੈਠਕ ਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੈਗਿਓ ਕਾਫੀ ਅੱਛੀ ਵੱਡੀ ਸਪੇਸ ਦਿੱਤੀ ਗਈ ਹੈ ਗੇਟ ਦੇ ਉੱਪਰ ਜਾਲ ਲਾ ਕੇ ਇਹਨੂੰ ਕਵਰ ਕੀਤਾ ਗਿਆ ਸੇਫਟੀ ਪੱਖੋਂ ਕਾਫੀ ਅੱਛਾ ਵੱਡਾ ਏ ਕਾਰ ਹੈਗਾ ਜੀ ਇਸ ਏਰੀਏ ਤੁਸੀਂ ਚਾਹੋ ਤੇ ਆਪਣਾ ਸੋਫਾ ਸੈੱਟ ਡਾਈਨਿੰਗ ਏਰੀਆ ਸਾਰਾ ਕੁਝ ਲਗਾ ਸਕਦੇ ਹੋ ਕਾਫੀ ਅੱਛੀ ਵੱਡੀ ਸਪੇਸ ਦਿੱਤੀ ਗਈ ਹੈਗੀ ਇਹ ਇਹਦੇ ਨਾਲ ਹੀ ਆਓ ਆਪ ਜੀ ਨੂੰ ਕਿਚਨ ਏਰੀਆ ਵੀ ਚੈੱਕ ਕਰਵਾ ਦਿੰਨੇ ਹੈਗੇ ਆ ਪੂਰੇ ਘਰ ਦੇ ਅਰਧੰਦਰ ਫਲੋਰ ਤੇ ਦੇਖੋਗੇ ਤੇ ਵਿਟਰੀਫਾਈਡ ਟਾਈਲ ਲਾਈ ਗਈ ਹੈਗੀ ਹੈ ਕਿਚਨ ਤੁਸੀਂ ਦੇਖੋ ਐਲ ਸ਼ੇਪ ਦਾ ਕਿਚਨ ਹੈਗਾ ਜੇ ਇਹਦੇ ਅੰਦਰ ਪੂਰਾ ਲੱਕੜ ਦਾ ਕੰਮ ਆਪ ਵੀ ਉਹਨੂੰ ਕਰਕੇ ਦਿੱਤਾ ਜਾ ਰਿਹਾ ਹੈਗਾ ਡਬਲ ਬੋਲ ਦਾ ਸਿੰਕ ਲਾਇਆ ਗਿਆ ਹੈਗਾ ਜੀ ਰੋਸ਼ਨੀ ਵੈਂਟੀਲੇਸ਼ਨ ਲਈ ਤੁਸੀਂ ਦੇਖੋਗੇ ਵਿੰਡੋ ਦਿੱਤੀ ਗਈ ਹੈ ਕਾਫੀ ਅੱਛੀ ਵੱਡੀ ਹੈ ਕਿਚਨ ਹੈਗੀ ਜੇ ਇਸ ਤੋਂ ਇਲਾਵਾ ਗਰਾਉਂਡ ਫਲੋਰ ਤੇ ਦੋ ਰੂਮ ਹੈਗੇ ਨੇ ਉਹਦੇ ਨਾਲ ਅਟੈਚ ਇੱਕ ਬਾਥਰੂਮ ਹੈਗਾ ਜੇ ਆਓ ਆਪ ਜੀ ਨੂੰ ਉਹ ਵੀ ਚੈੱਕ ਕਰਵਾ ਦਿੰਨੇ ਆ ਇਸ ਰੂਮ ਦਾ ਸਾਈਜ਼ ਤਕਰੀਬਨ 12 ਫੁੱਟ ਬਾਈ 13 ਫੁੱਟ ਦਾ ਹੈਗਾ ਜੀ ਰੋਸ਼ਨੀ ਵੈਂਟੀਲੇਸ਼ਨ ਲਈ ਰੋਸ਼ਨਦਾਨ ਦਿੱਤਾ ਗਿਆ ਛੱਦੇ ਉੱਪਰ ਪੀਪੀ ਦੇ ਡਿਜ਼ਾਈਨ ਲਗਾਏ ਗਏ ਨੇ ਬੜੇ ਆਰਾਮ ਦੇ ਨਾਲ ਇਹਦੇ ਅੰਦਰ ਤੁਸੀਂ ਆਪਣਾ ਡਬਲ ਬੈਡ ਵਿਦ ਸਾਈਡ ਟੇਬਲ ਹੋਰ ਇੱਕਲ ਮਾਰੀਓ ਟੀਵੀ ਪੈਨਲ ਬਣਵਾ ਸਕਦੇ ਹੈਗੇ ਉਸ ਤੋਂ ਇਲਾਵਾ ਬੈਕ ਸਾਈਡ ਤੇ ਇੱਕ ਵੱਡਾ ਬੈੱਡਰੂਮ ਦਿੱਤਾ ਗਿਆ ਉਹਦੇ ਨਾਲ ਅਟੈਚ ਬਾਥਰੂਮ ਹੈ ਆਓ ਆਪ ਜੀ ਨੂੰ ਉਹ ਏਰੀਆ ਵੀ ਚੈੱਕ ਕਰਵਾ ਦਿੰਨੇ ਆ ਇਹ ਰੂਮ ਤੁਸੀਂ ਦੇਖੋ ਇਹ ਰੂਮ ਦਾ ਸਾਈਜ਼ ਤਕਰੀਬਨ 10 ਫੁੱਟ ਬਾਈ 15 ਫੁੱਟ ਦਾ ਹੈਗਾ ਜੀ ਇਹਦੇ ਅੰਦਰ ਪ੍ਰੋਪਰ ਨਾਲ ਹੀ ਅਟੈਚ ਬਾਥਰੂਮ ਦਿੱਤਾ ਗਿਆ ਰੋਸ਼ਨੀ ਵੈਂਟੀਲੇਸ਼ਨ ਲਈ ਰੋਸ਼ਨਦਾਨ ਦਿੱਤਾ ਗਿਆ ਹੈਗਾ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਸ ਪੂਰੇ ਘਰ ਦਾ ਤੁਸੀਂ ਇੰਟੀਰੀਅਰ ਕਰਵਾ ਸਕਦੇ ਹੋ ਕਾਫੀ ਸੋਲਿਡ ਹੈ ਘਰ ਪੂਰਾ ਤਿਆਰ ਕੀਤਾ ਗਿਆ ਹੈਗਾ ਦੇਖੋ ਇੱਕ ਆਪਜੀ ਨੂੰ ਵਾਸ਼ਬੇਸ਼ਨ ਲਗਾ ਕੇ ਦਿੱਤਾ ਜਾ ਰਿਹਾ ਹੈਗਾ ਇਹਦੇ ਨਾਲ ਹੀ ਸਾਹਮਣੇ ਤੁਸੀਂ ਦੇਖੋਗੇ ਕਾਫੀ ਅੱਛਾ ਵੱਡਾ ਬਾਥਰੂਮ ਆਪਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਬਾਥਰੂਮ ਦੇ ਅੰਦਰ ਦੇਖੋ ਪ੍ਰੋਪਰ ਵਾਲ ਟਾਇਲ ਫਲੋਰ ਟਾਇਲ ਪੂਰੀ ਬਾਥਰੂਮ ਫਿਟਿੰਗ ਆਪਜੀ ਨੂੰ ਲਾ ਕੇ ਦਿੱਤੀ ਜਾ ਰਹੀ ਹੈਗੀ ਏ ਕ੍ਰਾਸ ਵੈਂਟੀਲੇਸ਼ਨ ਲਈ ਬਾਥਰੂਮ ਦੇ ਅੰਦਰ ਰੋਸ਼ਨਦਾਨ ਦਿੱਤਾ ਗਿਆ ਹੈਗਾ ਜੀ ਕਾਫੀ ਅੱਛੇ ਮਟੀਰੀਅਲ ਦੇ ਨਾਲ ਪੂਰਾ ਘਰ ਤਿਆਰ ਕੀਤਾ ਗਿਆ ਪੂਰੇ ਘਰ ਦੇ ਅੰਦਰ 8 ਫੁੱਟ ਦੇ ਚੌਕੜ ਸਾਨੂੰ ਪੂਰੀ ਉਮੀਦ ਹੈ ਸਾਡੀ ਦਿੱਤੀ ਇਨਫੋਰਮੇਸ਼ਨ ਆਪ ਜੀ ਨੂੰ ਕਾਫੀ ਅੱਛੀ ਲੱਗਦੀ ਹੋਏਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਨਲੌਕਸ ਉੱਪਰ ਪ੍ਰੋਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ ਲਾਈਕ ਐਂਡ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਵੀਡੀਓ ਸੇ ਆਪਣੇ ਕਲਾਈਂਟ ਲਈ ਲੈ ਕੇ ਆਂਦੇ ਰਹਿਣੇ ਤਾਂਕਿ ਉਹ ਅੱਛੇ ਤੋਂ ਅੱਛੇ ਕਾਰ ਵੇਖਣ ਅਤੇ ਆਪਣੇ ਬਜਟ ਦੇ ਅਕੋਰਡਿੰਗ ਉਹ ਕਾਰ ਚੋਇਸ ਕਰਕੇ ਉਹਨੂੰ ਖਰੀਦ ਪਾਣ ਸਾਡਾ ਚੈਨਲ YouTube Facebook ਦੋਨਾਂ ਜਗ੍ਹਾ ਤੇ ਪਲੀਜ਼ ਲਾਈਕ ਐਂਡ ਸ਼ੇਅਰ ਕਰੋ ਤੁਸੀਂ ਅਗਰ ਤੁਹਾਡੇ ਕਿਸੇ ਰਿਸ਼ਤੇਦਾਰ ਰਿਲੇਟਿਵ ਨੂੰ ਕਾਰ ਲੈਣਾ ਹੋਏ ਤੇ ਸਾਡ ਨੂੰ ਰეკਮੈਂਡ ਕਰੋ ਤਾਂ 3 फुट वाइड स्टेयरकेस हैगी प्रॉपर देखो ये दे अंदर टाइल आएगी है इसके अलावा स्टेनलेस स्टील दी रेलिंग आप जीनु लाके दीती जा रही हैगी ये है। फर्स्ट फ्लोर पे भी एक बेडरूम और एक बाथरूम आप जीनु बनाके ਦਿੱਤਾ ਜਾ ਰਿਹਾ ਹੈਗਾ ਜੀ ਤੁਸੀਂ ਆ ਰੂਮ ਦੇਖੋ کافی ਅੱਛੇ ਵੱਡੇ ਸਾਈਜ਼ ਦਾ ਰੂਮ ਹੈਗਾ ਜੀ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਇਸ ਤੋਂ ਇਲਾਵਾ ਬਾਹਰ ਦਾ ਰਾ ਬਲਕਨੀ ਨੂੰ ਜਾਂਦਾ ਹੈਗਾ ਜੀ ਨਾਲ ਹੀ ਅਟੈਚ ਬਾਥਰੂਮ ਦਿੱਤਾ ਗਿਆ ਹੈ کافی ਅੱਛੇ ਵੱਡੇ ਸਾਈਜ਼ ਦਾ ਰੂਮ ਹੈ प्रॉपर विਟਰੀਫਾਈਡ ਟਾਈਲ ਲਾਏਗੀ ਫਲੋਰ ਦੇ ਉੱਪਰ ਇਸ ਰੂਮ ਨੂੰ ਤੁਸੀਂ ਚਾਹੋ ਤੇ ਬੱਚਿਆਂ ਦਾ ਕਿਡਜ਼ ਰੂਮ ਵੀ ਬਣਾ ਸਕਦੇ ਹੋ অর ਐਜ਼ ਅ ਗੈਸਟ ਰੂਮ ਵੀ ਇਹਨੂੰ ਅਟੈਂਡ ਕਰ ਸਕਦੇ ਹੋ ਬਾਹਰ ਦੀ ਬਾਲਕਨੀ ਏਰੀਆ ਦੇਖੋ ਤੁਸੀਂ ਆਸ-ਪਾਸੇ ਕਾਫੀ ਅੱچھے ਘਰ ਨੇ ਫਰੰਟ ਤੇ ਇੱਕ ਬਾਥਰੂਮ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਬਾਥਰੂਮ ਦੇ ਅੰਦਰ ਵੀ ਪ੍ਰੋਪਰ ਵਾਲ ਟਾਇਲ ਫਲੋਰ ਟਾਈਲ ਪੂਰੀ ਬਾਥਰੂਮ ਫਿਟਿੰਗ ਆਪ ਜੀ ਨੂੰ ਲਾ ਕੇ ਦਿੱਤੀ ਜਾ ਰਹੀ ਹੈਗੀ ਏ ਇਹ 800 ਸਕੇਅਰ ਯਾਰਡ ਦਾ ਡੇਢ ਮੰਜ਼ਿਲ ਦਾ ਘਰ ਹੈਗਾ ਜੀ অর ਕਾਫੀ ਅੱچھے ਰੇਟਾ ਤੇ ਆਪ ਜੀ ਨੂੰ ਮਿਲ ਜਾਏਗਾ ਇਹਦੀ ਲੋਕੇਸ਼ਨ ਹਰ ਗੋਬਿੰਦ ਇਨ ਕਲੇਵ 68 ਹੈਗੀ ਜੀ ਆਓ ਆਪ ਜੀ ਨੂੰ ਬੈਕ ਟਰੈਸ ਏਰੀਆ ਵੀ ਚੈੱਕ ਕਰਵਾਨੇ ਹੈਗੇ ਪ੍ਰੋਪਰ ਤੁਸੀਂ ਦੇਖੋ ਫਲੋਰ ਦੇ ਉੱਪਰ ਟਾਈਲ ਲਾਈ ਗਈ ਹੈਗੀ ਕਾਫੀ ਅੱਛੇ ਡਿਜ਼ਾਈਨ ਦੀ ਟਾਈਲ ਹੈਗੀ ਜੀ ਡਕਟੇਰ ਨੂੰ ਪ੍ਰੋਪਰ ਕਵਰ ਕੀਤਾ ਗਿਆ ਉੱਪਰ ਸ਼ੈੱਡ ਪਾਇਆ ਗਿਆ ਹੈਗਾ ਘਰ ਦੇ ਨਜ਼ਦੀਕ ਹੀ ਆਪ ਜੀ ਨੂੰ ਹਰੇਕ ਤਰ੍ਹਾਂ ਦੀ ਫੈਸਿਲਿਟੀ ਮਿਲ ਜਾਂਦੀ ਹੈ ਮਾਰਕੀਟ ਸਕੂਲ પેટ્રોલ ਪੰਪ ਹਸਪੀਟਲ ਸਾਰੀ ਚੀਜ਼ਾਂ ਘਰ ਦੇ ਕਾਫੀ ਨਜ਼ਦੀਕ ਹੈ ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਦੀ ਆ ਜੀ ਪ੍ਰੋਪਰਟੀ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਇਸ ਦੀ ਕੀਮਤ ਸਿਰਫ 24 ਲੱਖ ਰੁਪਏ ਹੈਗੀ ਹੈ ਅੰਮ੍ਰਿਤਸਰ ਦੇ ਅੰਦਰ ਆਪਣੇ ਘਰ ਦੀ ਫਰੀ ਹੈਡ ਲੈਂਡ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਮੇਨ ਆਫਿਸ ਨਿਊ ਮਰੀਸਰ ਉੱਥੇ ਵਿਜ਼ਿਟ